ਨਾਭਾ ਦਾ 40 ਸਾਲ ਉਮਰ ਦਾ ਇੱਕ ਗਰੀਬ ਮਜ਼ਦੂਰ ਮੇਵਾ ਸਿੰਘ ਇੱਕ ਅਜਿਹੀ ਨਿਸਵਾਰਥ ਸੇਵਾ ਕਰ ਰਿਹਾ ਹੈ ਜੋ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਹਵਾ ਕੱਢਦਾ ਨਜ਼ਰ ਆ ਰਿਹਾ ਹੈ। ਦਰਅਸਲ ਨਾਭਾ ਤੋਂ ਵਾਇਆ ਛਿੱਟਾ ਵਾਲੀ ਧੂਰੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਖਸਤਾ ਹੈ, ਜਿੱਥੇ ਸੜਕ 'ਤੇ ਤਕਰੀਬਨ ਹਰ 2 ਫੁੱਟ 'ਤੇ ਖੱਡੇ ਪਏ ਹੋਏ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ, ਨਾਲ ਹੀ ਵੱਡੇ ਕਈ ਹਾਦਸੇ ਵੀ ਹੋ ਚੁੱਕੇ ਹਨ। ਅਤੇ ਇਸ ਰੋਡ 'ਤੇ ਹੀ ਪੈਂਦੇ ਪਿੰਡ ਕੋਟਖੂਰ ਦਾ ਮਜ਼ਦੂਰੀ ਕਰ ਆਪਣਾ ਪਰਿਵਾਰ ਪਾਲਣ ਵਾਲਾ ਮੇਵਾ ਸਿੰਘ ਰੋਜ਼ ਸਵੇਰੇ ਘਰੋਂ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਨਿਕਲਦਾ ਹੈ ਅਤੇ 2 ਘੰਟੇ ਤਸਲਾ 'ਤੇ ਕਹੀ ਚੁੱਕ ਕੇ ਇਸ ਰੋਡ ਦੇ ਕਿਨਾਰੇ ਤੋਂ ਇਕੱਲਾ ਹੀ ਮਿੱਟੀ ਪੁੱਟ ਕੇ 50 ਕਿਲੋ ਵਜ਼ਨ ਸਿਰ 'ਤੇ ਚੁੱਕ ਕੇ ਸੜਕ 'ਤੇ ਪਏ ਟੋਏ ਭਰਦਾ ਹੈ ਅਤੇ ਫਿਰ ਦਿਹਾੜੀ ਕਰਨ ਚਲਾ ਜਾਂਦਾ ਹੈ। ਸ਼ਾਮ ਨੂੰ ਕੰਮਕਾਜ ਤੋਂ ਵਾਪਿਸ ਆ ਕੇ 2 ਘੰਟੇ ਫਿਰ ਉਸੇ ਤਰ੍ਹਾਂ ਹੀ ਟੋਏ ਭਰਨ ਲੱਗ ਜਾਂਦਾ ਹੈ, ਜਿਸ ਦੇ ਬਦਲੇ ਉਸਨੂੰ ਕੋਈ ਮਿਹਨਤਨਾਮਾ ਤਾਂ ਨਹੀਂ ਮਿਲਦਾ, ਜੋ ਸਿਰਫ ਨਿਸ਼ਕਾਮ ਸੇਵਾ ਇਸ ਲਈ ਕਰਦਾ ਹੈ ਤਾਂ ਕਿ ਹਾਦਸੇ ਨਾ ਹੋ ਸਕਣ ਅਤੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਜੀ, ਕੋਈ ਸਰਕਾਰੀ ਮੁਲਾਜ਼ਮ ਨਹੀਂ ਜੀ? ਹਾਂ, ਮੇਵਾ ਸਿੰਘ ਮੇਰਾ ਨਾਂ ਹੈ, ਕੋਟਖੁਰਦ ਪਿੰਡ ਹੈ ਜੀ। ਇਹਦੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਜੀ, ਹਫ਼ਤੇ ਬਾਅਦ ਐਕਸੀਡੈਂਟ, ਇੱਕ ਅੱਧੀ ਮੌਤ ਹੋ ਜਾਂਦੀ ਹੈ ਜੀ ਇੱਥੇ। ਹਾਂਜੀ, ਤੁਹਾਨੂੰ ਫਿਰ ਕਿਵੇਂ ਸ਼ੌਂਕ ਲੱਗਿਆ? ਮੈਂ ਜੀ ਐਕਸੀਡੈਂਟ ਚੱਕਦਾ ਰਹਿਣਾ, ਬਹੁਤ ਜ਼ਿਆਦਾ ਚੱਕੇ ਨੇ ਮੁੰਡੇ। ਆਹਰੇ ਵੀ ਨਹਿੜੀ ਦਾ ਮੁੰਡਾ ਮਰ ਗਿਆ ਜੀ, ਉਹ ਵੀ ਅਸੀਂ ਚੱਕਿਆ ਸੀ, ਖੱਡੇ 'ਚੋਂ ਗਿਰ ਕੇ ਵਿਚਾਰੇ ਦੀ ਸਿਰ 'ਚ ਸੱਟ ਲੱਗੀ, ਮੌਤ ਹੋ ਗਈ। ਉੱਥੇ ਟਰੱਕ ਵਾਲਾ ਦੀਆਂ ਲੱਤਾਂ ਟੁੱਟ ਗਈਆਂ ਜੀ, ਉਹ ਵੀ ਅਸੀਂ ਛਾਮਿਆ ਸੀ ਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਲੇਬਰ ਦਾ ਕੰਮ ਕਰਦਾ ਜੀ, ਦਿਹਾੜੀ ਉਹ ਕਰਦਾ ਜੀ ਮੈਂ। ਘੰਟੇ ਲਾਉਂਦੇ ਉੱਥੇ? ਹੈ ਜੀ, ਇੱਥੇ 4 ਘੰਟੇ ਲਾ ਦਿੰਦਾ ਜੀ, ਤੜਕੇ 2 ਆਥਣੇ 2 ਤੜਕੇ। ਹਾਂਜੀ, ਬਾਕੀ ਟਾਈਮ ਮੈਂ ਦਿਹਾੜੀ ਕਰ ਲੈਂਦਾ ਹੁਣ। ਹਾਂਜੀ, ਐਕਸੀਡੈਂਟ ਤਾਂ ਇੱਥੇ ਹਰ ਰੋਜ਼ ਹੀ ਤਕਰੀਬਨ ਇੱਕ ਹਫ਼ਤੇ ਬਾਅਦ ਕੋਈ ਨਾ ਕੋਈ ਮੌਤ ਸੜਕ 'ਤੇ ਜ਼ਰੂਰ ਹੋ ਜਾਂਦੀ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਹੈ, ਸਭ ਠੇਕੇਦਾਰ ਸਿਆਸਤਦਾਨ ਸਭ ਰਲੇ ਮਿਲੇ ਨੇ, ਪੈਸੇ ਖਾਣ 'ਤੇ ਲੱਗੇ ਹੋਏ ਨੇ, ਆਮ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਕੋਈ ਮਰੇ, ਕੋਈ ਛੱਡੇ, ਕੋਈ ਜੀਵੇ, ਬੜੇ ਬੜੇ ਬਿਆਨ ਦੇਣ ਲੱਗੇ ਹੋਏ ਨੇ ਮੰਤਰੀ ਸਾਹਿਬ ਸਾਡੇ, ਕੋਈ ਕਿਸੇ ਨੂੰ ਪਰਵਾਹ ਨਹੀਂ, ਆਮ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਕੋਈ ਮਰੇ, ਕੋਈ ਰਹੇ, ਸਭ ਆਪਣੇ ਘਰਾਂ ਨੂੰ ਭਰਨ ਲੱਗੇ ਹੋਏ ਨੇ। ਸਾਰੀਆਂ ਪਾਰਟੀਆਂ ਦੇ ਜਿਹੜੇ ਸਿਆਸਤਦਾਨ ਨੇ, ਚਾਹੇ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧਿਤ ਆ, ਉਹਨੂੰ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਇਹ ਵਿਚਾਰਾ ਗਰੀਬ ਪਰਿਵਾਰ ਦਾ ਮੁੰਡਾ ਜੀ, ਦਿਹਾੜੀ ਦੂੜੀ ਕਰਦਾ, ਸੇਵਾ ਭਾਵਨਾ ਨਾਲ ਲੱਗਿਆ ਹੋਇਆ। ਪਰ ਇਹਦਾ ਤਾਂ ਇੰਨਾ ਹੀ ਮਕਸਦ ਹੈ ਵੀ ਚਲੋ ਜਿੰਨਾ ਕੁ ਮੈਂ ਕਰ ਸਕਦਾ ਉਨਾ ਕੁ ਇਹ ਸੇਵਾ ਕਰ ਰਿਹਾ ਜੀ। ਇਹ ਕੰਮ ਤਾਂ ਇਹ ਸਰਕਾਰ ਦਾ ਜੀ, PWD ਮਹਿਕਮੇ ਦਾ। ਅਸੀਂ ਵੀ ਐਕਸ਼ਨ ਸਾਹਿਬ ਨੂੰ ਮਿਲੇ ਅਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਉਹਨਾਂ ਨੇ, ਬਸ ਅਸੀਂ ਲਾਰੇ ਲੱਪੇ ਲਾ ਕੇ ਬੁੱਤਾ ਸਾਰਿਆ ਜਾ ਰਿਹਾ। ਇੱਥੇ ਸਾਡੇ ਭੋਲਾ ਸਿੰਘ ਸਰਪੰਚ ਨੇ ਬੀਨਾ ਹੈੜੀ ਦੇ, ਉਹਨਾਂ ਦਾ ਭਤੀਜੇ ਦੀ ਇੱਥੇ ਮੌਤ ਹੋ ਗਈ ਥੋੜ੍ਹਾ ਚਿਰ ਪਹਿਲਾਂ, ਇੱਥੇ ਖੱਡੇ 'ਚ ਸਕੂਟਰ ਗਿਰ ਗਿਆ ਉਹਨਾਂ ਦਾ। ਬਹੁਤ ਮੌਤਾਂ ਹੋ ਚੁੱਕੀਆਂ ਜੀ, ਬਹੁਤ ਬੰਦੇ ਮਰ ਗਏ, ਬਹੁਤ ਐਕਸੀਡੈਂਟਾਂ ਨਾਲ ਅਪਾਹਜ ਹੋ ਚੁੱਕੇ ਨੇ, ਪਰ ਕੋਈ ਪ੍ਰਸ਼ਾਸਨ ਦੇ ਕੋਈ ਕੰਨ 'ਤੇ ਜੂ ਨਹੀਂ ਸਰਕਦੀ। ਲੋਕਾਂ ਦੀਆਂ ਅੱਖਾਂ 'ਚ ਧੂੜ ਪਈ ਜਾਂਦੀ ਹੈ ਜਦੋਂ ਲੰਘਦੇ ਨੇ ਲੋਕ, ਇੱਥੋਂ ਦੀ ਗੱਡੀਆਂ ਤੇਜ਼ ਲੰਘਦੀਆਂ ਨੇ, ਉਹ ਧੂੜ ਚੱਕ ਕੇ ਸਾਰੀ ਲੋਕਾਂ ਦੇ ਅੱਖਾਂ 'ਚ। ਮੰਗ ਕਰਦੇ ਹਾਂ ਜੀ, ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ, ਨਾਲੋਂ ਨਾਲ ਇਹਦੀ ਰਿਪੇਅਰ ਵੀ ਹੋਣੀ ਚਾਹੀਦੀ ਹੈ ਜੀ, ਇਨਕੁਆਇਰੀ ਵੀ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਪੈਸੇ ਖਾਧੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਰਦਾਰ ਮੱਖਣ ਸਿੰਘ, ਮੈਂ ਰੇਲਵੇ ਡਿਊਟੀ ਕਰ ਰਿਹਾ ਹਾਂ ਜੀ। ਜੇ ਮੇਰੇ ਕੋਲ ਇੱਥੇ 8 ਸਾਲ ਹੋ ਗਏ ਹੈ, ਆਪਣਾ ਦੁਬਾਰਾ ਜਬ ਰੋਡ ਬਣਾ ਹੁਆ ਹੈ ਤਾਂ ਤਬ ਸੇ ਬਿਲਕੁਲ ਹੀ ਰੋਡ ਕੀ ਕੰਡੀਸ਼ਨ ਜੋ ਹੈ ਬਿਲਕੁਲ ਹੀ ਇਕਦਮ ਖਰਾਬ ਹੋ ਗਏ ਹੈ। ਜੋ ਸਰਕਾਰੀ ਮੁਲਾਜ਼ਮ ਆਤੇ ਹੈ ਉਹ ਇੱਧਰ ਕਹੀਂ ਲੈ ਕਰ ਆ ਕੇ ਬੈਠ ਕੇ ਆਪਣਾ ਟਾਈਮ ਪਾਸ ਕਰ ਕਰ ਚਲੇ ਜਾਂਦੇ ਨੇ। ਕੋਈ ਵੀ ਆਦਮੀ ਮੱਟੀ ਵਗੈਰਾ ਨਹੀਂ ਡਾਲਤਾ। ਜੇ ਜੋ ਪਿੰਡ ਕੇ ਜੋ ਆਦਮੀ ਲਗਾ ਹੁਆ, ਇਹ ਆਪਣਾ ਜੋ ਹੈ ਕਿ ਗਰੀਬ ਪਰਿਵਾਰ ਕਾ ਇਕਦਮ ਹੈ, ਜੋ ਕਿ ਆਪਣਾ ਇਹ ਆਪਣਾ ਟੋਕਰੀ ਲੈ ਕਰ ਵੀ ਉਹ ਜੋ ਖੱਡੋ ਮੇ ਜੋ ਮਿੱਟੀ ਵਗੈਰਾ ਡਾਲ ਰਿਹਾ, ਜੋ ਕੋਈ ਆਪਣਾ ਦੇਸ਼ ਸੇਵਾ ਕਰ ਰਿਹਾ ਹੈ ਕਿ ਜਿਹੜੇ ਪੰਜਾਬ